ਜਿਵੇਂ ਉਹ ਲੱਕੀ ਡਰਾ ਚੱਲਨੇ ਉਹਨਾਂ ਚ ਵੀ 855 ਰੱਖ ਲੈਣੇ ਹੈ ਹੀ 55 ਕਾਰ ਕਾਰ ਨਹੀਂ ਕਿ 55 ਵੀ ਸਦਾ ਬਾਹਰ ਚੀਜ਼ ਹੈ ਲੋ ਪੈਸਾ ਹੀ ਲੋੜ ਆ ਜਾਂ ਕੁਛ ਵੀ ਇਸ ਨੂੰ ਜਦੋਂ ਮਰਜ਼ੀ ਵੇਚ ਬਾਈ ਤੇ ਬਲੋਬ ਵਾਲਾ ਹੋਰਾ ਵੀ ਨਹੀਂ ਬਾਈ ਟਰੈਕਟਰ ਦਾ ਕਲੱਚ ਵੀ ਨਹੀਂ ਖੁੱਲਿਆ ਹਜੇ ਕਸੂ ਵੀ ਨਹੀਂ ਖੁੱਲਿਆ ਟਰੈਕਟਰ ਦੇ ਚਾਬੀ ਕਿਸੇ ਪਾਸੇ ਵੀ ਲੱਗੀ ਉਹਦੇ ਫੁੱਲ ਜ਼ਿੰਮੇਵਾਰ ਹੋਣਾ ਇਹ ਬਈ ਹਰੇ ਕਲਰ ਚ ਹੀ ਕਰਦੇ ਨੇ ਨਾ ਹਾਂ ਹਰੇ ਚ ਵੀ ਲਾ ਬਲੂ ਚ ਵੀ ਇਹਦਾ ਹੁੰਦਾ ਸ਼ਾਇਦ ਬਲੂ ਘੱਟ ਹਰਾ ਵੱਧ ਵੇਖਦਾ ਬਈ ਅੱਛਾ ਹਰਾ ਕਹਿੰਦੇ ਵੀ ਮੱਥੇ ਲੱਗਿਆ ਚੰਗੇ ਹੀ ਹੁੰਦਾ ਜਿਵੇਂ ਕਰਦੇ ਨੇ ਤਾਂ ਕਰਕੇ ਹਰਾ ਵੱਧ ਸੋਨਾ ਵੀ ਲੱਗਦਾ ਬਈ ਇਹ ਅਸਕਾ ਬਾਈ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਆਪਣਾ ਇਲਤੀ ਲਾਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਤੁਹਾਨੂੰ ਦਿਖਾਵਾਂਗੇ ਬਰਨਾਲੇ PV19 ਵਿੱਚ ਟਰੈਕਟਰ ਤੇ ਪੈਂਦਾ ਬਾਈ ਜੀ ਲਿੰਕ ਰੋਡ ਬਾਜਾਖਾਨਾ ਸਿੰਗਲਾ ਪੈਲਸ ਬਾਈ ਜੀ ਤੇ ਆਜੋ ਬਾਈ ਜੀ ਨਾਲ ਕਰਦੇ ਹਾਂ ਗੱਲਬਾਤ ਅਸਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਦਾਂ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਬਰਨਾਲੇ ਮੰਡੀ ਦੇ ਟਰੈਕਟਰ ਲੈ ਕੇ ਆਏ ਬਾਈ ਜੀ ਹਾਂਜੀ ਹਾਂਜੀ ਕਿੰਨੇ ਲੈ ਕੇ ਆਏ ਬਾਈ ਜੀ 3 ਲੈ ਕੇ ਆਏ ਸੀ ਬਾਈ ਠੀਕ ਆ ਕਿਹੜੇ ਕਿਹੜੇ ਲੈ ਕੇ ਆਏ ਬਾਈ 2 850 ਨੇ ਬਾਈ ਇੱਕ ਐਂਡੋ ਫਾਰਮ ਠੀਕ ਆ ਬਾਈ ਆਜੋ ਬਾਈ ਜੀ ਤੇ ਕੀ ਕੰਡੀਸ਼ਨ ਆ ਬਾਈ ਜੀ ਕਿੰਨਾ ਮਾਡਲ ਆ ਇਹ ਬਾਈ 16 ਮਾਡਲ ਆ ਠੀਕ ਆ ਬਾਈ ਜੀ ਇਹਦੇ ਟਾਇਰ ਨਵੇਂ ਨੇ ਟਾਇਰ ਨਵੇਂ ਨੇ ਟਾਇਰਾਂ ਤੇ ਝਾਤੀ ਮਰਵਾ ਦੇ ਟਾਇਰ ਜਮਾ ਇਹਨਾਂ ਨਵੇਂ ਨਕੋਰ ਟਾਇਰ ਪਏ ਨੇਗੇ ਹਾਂ ਮਗਲੇ ਸੀਗਟ ਦੇ ਨੇ ਮੂਲੇ BKD ਦੇ ਨੇ ਠੀਕ ਆ ਕੰਪਨੀ ਦੇ ਟਾਇਰ ਨੇ ਜਮਾ ਹਾਂ ਜੀ ਹਾਂ ਕੰਪਨੀ ਦੇ ਟਾਇਰ ਨੇ ਵਧੀਆ ਟਰੈਕਟਰ ਠੀਕ ਆ ਬਾਈ ਇਹ ਜਮਾ ਪੱਟੀਆਂ ਨਿਗਾ ਮਾਰ ਕੇ ਦਿਖਾ ਦੇ ਸਕ੍ਰੈਚ ਤੱਕ ਨਹੀਂ ਪਿਆ ਹੋਇਆਗਾ ਓਕੇ ਜਮਾ ਨਵਾਂਗਾ ਤੇ ਕਿੰਨਾ ਬਾਈ ਆਪਣੇ ਥੱਲੇ ਆ ਆਪਾਂ ਹੀ ਕਢਵਾਏ ਸੀ ਨਹੀਂ ਨਹੀਂ ਆਪਾਂ ਲੈਤਾ ਗਾਈ ਠੀਕ ਆ ਹਾਂ ਜੀ ਆਪਾਂ ਲੈਤਾ ਗਾਈ ਠੀਕ ਆ ਕਿੰਨੇ ਮੇ ਓਨਰ ਆਈ ਇਹ ਪਹਿਲੇ ਓਨਰ ਹੀ ਆ ਜੀ ਫਸਟ ਓਨਰ ਹੀ ਆ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਤੇ ਪਾਵਰ ਆ ਹਾਂ ਜੀ ਆ ਪਾਵਰਫੁਲ ਟਾਪ ਮਾਡਲ ਪਾਵਰ ਆ ਤੇ ਫੁੱਲ ਟਾਪ ਆ ਜੀ ਠੀਕ ਆ ਬਾਈ ਜੀ ਤੇ ਡਿਮਾਂਡ ਕਿੱਥੇ ਤੱਕ ਰੱਖੀ ਬਾਈ ਜੀ ਬਾਈ ਮੰਗਦੇ ਤਾਂ 5,45,000 ਬਾਕੀ ਮੌਕੇ ਤੇ ਕਰਦਾ ਕਿਹੜਾ ਦੇਖ ਕੇ ਬਾਈਆਂ ਦਾ ਠੀਕ ਆ ਬਾਈ ਜੀ ਜੇ ਆਪਣੀ ਵੀਡੀਓ ਦੇਖ ਕੇ ਹੋਊਗਾ ਫਿਰ ਹੋਰ ਵੀ 5,000 ਘੱਟ ਕਰ ਦਾਂਗੇ ਠੀਕ ਆ ਬਾਈ ਜੀ ਆ ਕੇ ਬਾਈਆਂ ਨੂੰ ਦੱਸ ਦਿਓ ਵੀ ਕਿਹੜੇ ਚੈਨਲ ਤੋਂ ਵੀਡੀਓ ਦੇਖ ਕੇ ਆਏ ਹੋ ਹਾਂ ਤੇ ਬਾਈ ਜੀ ਕਹਿੰਦੇ ਵੀ ਹੋਰ ਮਾਨਤਾਨ ਕਰ ਦਾਂਗੇ ਤੇ ਆਪਾਂ ਉਰੀ ਮਿਲ ਜਾਂ ਬਾਈ ਜੀ ਹਾਂ ਬਾਈ ਉਹ ਘਰੇ ਵੀ ਹੁੰਨੇ ਆਪਾਂ ਵੱਧ ਬਟ ਉਹ ਮੰਡੀ ਆ ਜਾਂਦੇ ਕਦੇ ਕਦੇ ਠੀਕ ਆ ਬਾਈ ਜੀ ਉਹ ਵੱਧ ਘਰੀ ਵੇਚਦੇ ਬਾਈ ਠੀਕ ਆ ਕੰਮ ਆਪਣਾ ਜ਼ਿਆਦਾਤਰ ਟਰੈਕਟਰਾਂ ਦੀ ਆ ਜਾਂ ਹੋਰ ਕੰਮ ਵੀ ਕਰਦੇ ਹੋ ਨਹੀਂ ਟਰੈਕਟਰਾਂ ਦੇ ਇਕੱਲੇ 55 ਦਾ ਵੱਧ ਆ ਬਾਈ ਉਹ ਕਈ ਵਾਰੀ ਕੋਈ ਸੋਹਣਾ ਟਰੈਕਟਰ ਮਿਲ ਜੇ ਤਾਂ ਉਹ ਹੋਰ ਲੈ ਲੈਂਦੇ ਠੀਕ ਆ ਬਾਈ ਉਹ ਇਕੱਲਾ 55 ਦੀ ਵੱਧ ਆ ਠੀਕ ਆ ਬਾਈ ਤੇ ਬਾਈ ਆਪਣੇ ਨਾ ਮੈਂ ਦੇਖਿਆ ਮੰਡੀ ਵਿੱਚ 855 ਹੀ ਜ਼ਿਆਦਾ ਕਿਉਂ ਇੱਧਰ ਬਾਈ ਬਰਨਾਲਾ ਏਰੀਆ ਹੋ ਗਿਆ ਨਾ ਬਰਨਾਲੇ ਦੇ ਛੱਡ ਵੇਖਦੀ 55 ਵੱਧ ਆ ਠੀਕ ਆ ਬਾਈ ਹਾਂ ਇੱਥੇ ਬਾਕੀ ਨਾ ਜਿਵੇਂ ਲੱਕੀ ਡਰਾ ਚੱਲਦੇ ਉਹਨਾਂ 'ਚ ਵੀ 855 ਰੱਖ ਲੈਣੇ ਬਸ ਹੈ ਹੀ 55 ਕਾਰ ਨਹੀਂ ਕਿ 55 ਵੀ ਸਦਾ ਬਾਹਰ ਚੀਜ਼ ਆ ਗੱਲ ਨੂੰ ਪੈਸਿਆਂ ਦੀ ਲੋੜ ਆ ਜਾਂ ਕੁਛ ਵੀ ਇਸ ਨੂੰ ਜਦੋਂ ਮਰਜ਼ੀ ਵੇਚ ਬਾਈ ਠੀਕ ਆ ਬਾਈ ਮਤਲਬ ਜਦੋਂ ਸਾਰੇ ਪਾਸੇ ਕੰਮ ਆਉਂਦਾ ਗਿਆ ਇਹ ਨਹੀਂ ਆਇਆ ਸੋਹਣਾ ਰਾਈਟਰ ਹਨਾ ਠੀਕ ਆ ਜੀ ਤੇ ਖਰਚੇ ਖੁਰਚੇ ਕਿੰਨਾ ਆ ਜਾਂਦਾ ਬਈ ਖਰਚਾ ਤਾਂ ਠੀਕ ਹੀ ਹੈ ਬਾਈ ਯਾਰ ਖਰਚਾ ਤਾਂ ਮੈਨੂੰ ਕਹਦੀ ਹਨਾ ਠੀਕ ਆ ਅੱਧ ਵਿਚਾਲੇ ਹੀ ਹੈਗਾ ਹਾਂ ਬਸ ਚੱਲੀ ਜਾਂਦਾ ਹਾਂ ਬਾਲਾਗਾ ਨਾ ਥੱਲੇ ਹਾਂ ਬਾਕੀ ਟਰੈਕਟਰ ਨੂੰ ਮਤਲਬ ਲੋਟ ਹੈਗਾ ਹਾਂ ਟਰੈਕਟਰ ਦਾ ਲੋਟ ਜਿਵੇਂ ਸਜਾਵਟ ਸਜੂਟ ਨੂੰ ਜਿਵੇਂ ਤਿਆਰ ਜਿਵੇਂ ਮਰਜ਼ੀ ਬਾਈ ਜਿਵੇਂ ਮਰਜ਼ੀ ਸਾਰੇ ਪਾਸੇ ਸੋਹਣਾ ਲਾ ਠੀਕ ਹੈ ਬਾਈ ਜੀ ਚਲੋ ਬਾਈ ਜੀ ਆਜੋ ਆਪਾਂ ਦਿਖਾਉਣੇ ਇੱਕ ਹੋਰ ਨਵਾਂ 855 ਤੇ ਇਹ ਬਾਈ ਜੀ ਕਿੰਨੇ ਮਾਡਲ ਆ ਕੀ ਰੇਟ ਰੱਖਿਆ ਜੀ ਇਹ 18 ਮਾਡਲ ਆ ਬਾਈ ਇਹਦਾ 5,93,000 ਰੁਪਇਆ ਰੇਟ ਰੱਖਿਆ ਠੀਕ ਬਾਕੀ ਫਾਈਬਰ ਵਾਲੀ ਸਦਰੀ ਸੂਤਰੀ ਸਾਰਾ ਕੁਝ ਨਾਲ ਦੀ ਟਾਇਰ ਆ ਟਰੈਕਟਰ ਦੇ 500 ਕੁਸ ਘੰਟੇ ਚੱਲਿਆ ਹੋਇਆ ਠੀਕ ਆ ਓਰੀਜਨਲ ਚੱਲਿਆ ਹੋਇਆ ਓਰੀਜਨਲ ਚੱਲਿਆ ਹੋਇਆ ਠੀਕ ਆ ਇਹ ਵੀ ਲਿਆ ਸੀ ਬਾਈ ਜੀ ਇੱਕ ਇਹ ਵੀ ਲੈਤਾ ਸੀ ਬਾਈ ਤੇ ਬਲੋਬ ਵਾਲਾ ਹੋਰਾ ਵੀ ਨਹੀਂ ਬਾਈ ਟਰੈਕਟਰ ਦਾ ਕਲੱਚ ਵੀ ਨਹੀਂ ਖੁੱਲਿਆ ਹਜੇ ਕਸੂ ਵੀ ਨਹੀਂ ਖੁੱਲਿਆ ਟਰੈਕਟਰ ਦੇ ਚਾਬੀ ਕਿਸੇ ਪਾਸੇ ਵੀ ਲੱਗੀ ਉਹਦੇ ਫੁੱਲ ਜ਼ਿੰਮੇਵਾਰ ਹੋਵਾਂਗੇ ਬਾਈ ਜੀ ਕਹਿੰਦੇ ਫੁੱਲ ਗਾਰੰਟੀ ਦੇ ਰਹਿਣਗੇ ਚਾਬੀ ਤੱਕ ਨਹੀਂ ਲੱਗੇ ਜਿਹੜਾ ਕੁਛ ਆਇਆ ਕੰਪਨੀ ਦੇ ਬੱਲੂ ਆਏਗਾ ਕਿਸੇ ਪਾਸੇ ਮੈਂ ਕਹਿੰਦਾ ਜਿਵੇਂ ਹੁਣ ਆਪਾਂ ਕਹੀ ਦੀਏ ਮੋਡੀਫਾਈ ਕਰਾਉਣ ਦੀ ਵੀ ਲੋੜ ਹੈ ਹਾਂ ਕੱਲਾ ਡੈਕ ਡੈਕ ਵੱਡਾ ਅਗਲੇ ਲਵਾਉਣਾ ਉਹ ਮਰਜ਼ੀ ਅਗਲੇ ਦੀ ਹਨਾ ਹਾਂ ਬਾਈ ਜੀ ਡੈਕ ਦੀ ਅਗਲੀ ਪ੍ਰੋਬਲਮ ਆ ਬਾਈ ਜੀ ਬਾਕੀ ਸਾਰਾ ਕੁਝ ਦੇਖੋ ਬਾਈ ਜੀ ਜਿਵੇਂ ਕਿ ਤਿਆਰ ਕਰਵਾਉਣ ਦੀ ਲੋੜ ਹੀ ਨਹੀਂ ਹੈ ਇੱਕ ਰੁਪਿਆ ਵੀ ਲਾਉਣ ਦੀ ਲੋੜ ਨਹੀਂ ਜਿਵੇਂ ਘਰੇ ਲੈ ਕੇ ਜਾਓਗੇ ਉਵੇਂ ਐ ਲੱਗੂਗਾ ਕਿ ਹਾਂ ਬਾਕੀ ਝੋਟਾ ਟਰੈਕਟਰ ਘਰੇ ਖੜਾਗਾ ਹਾਂ ਤੇ ਆਜੋ ਬਾਈ ਜੀ ਅੱਗੇ ਦਿਖਾਉਣੇ ਆ ਨਵਾਂ ਹੋਰ ਟਰੈਕਟਰ ਤੇ ਬਾਈ ਜੀ ਆ ਨਵੀਂ ਕੰਪਨੀ ਨਵੀਂ ਆਈ ਹੈ ਬਾਈ ਨਹੀਂ ਇਹ ਐਂਡੋ ਫਾਰਮਾ ਜੀ ਐਂਡੋ ਫਾਰਮਾ ਹਾਂ ਇਹ ਐਂਡੋ ਫਾਰਮਾ ਇਹ ਮਤਲਬ ਕਿ ਇਕੱਠੇ ਜੇ ਪ੍ਰੀਤ ਹੋਇਆ ਐਂਡੋ ਫਾਰਮ ਹੋਇਆ ਇਹ ਇਕੱਠੇ ਜੀ ਚੱਲਦੇ ਨੇ ਠੀਕ ਆ ਇਹ ਬਈ ਹਰੇ ਕਲਰ ਚ ਹੀ ਕੱਢਦੇ ਨੇ ਨਾ ਹਾਂ ਹਰੇ ਚ ਮਤਲਬ ਬਲੂ ਚ ਵੀ ਇਹਦਾ ਹੁੰਦਾ ਸ਼ਾਇਦ ਬਲੂ ਘੱਟ ਹਰਾ ਵੱਧ ਵੇਖਦਾ ਬਈ ਇਹਦਾ ਅੱਛਾ ਹਰਾ ਕਹਿੰਦੇ ਵੀ ਮੱਥੇ ਲੱਗਿਆ ਚੰਗੇ ਹੀ ਹੁੰਦਾ ਜਿਵੇਂ ਕਹਿੰਦੇ ਨੇ ਵਧੀਆ ਤਾਂ ਕਰਕੇ ਹਰਾ ਵੱਧ ਸੋਨਾ ਵੀ ਲੱਗਦਾ ਬਈ ਇਹ ਚ ਠੀਕ ਆ ਬਈ ਤੇ ਕੰਡੀਸ਼ਨ ਕੰਡੀਸ਼ਨ ਵੱਲੋਂ ਜਮਾ ਓਕੇ ਨਵਾਂ ਰੇਟਰ ਆ ਬਈ ਇਹ ਕੀ ਮਾਡਲ ਆ ਇਹ 100-200 ਘੰਟੇ ਚੱਲਿਆ ਸਾਰਾ 200 ਘੰਟੇ ਆਪਣੇ ਥੱਲੇ ਚੱਲੇ ਕਿ ਬਈ ਨਹੀਂ ਆਪਾਂ 150 ਦੇ 50 ਘੰਟੇ ਚਲਾਇਆ ਬਈ ਆਪਾਂ 50 ਘੰਟੇ ਚਲਾਇਆਗਾ ਹਾਂ ਆਪਾਂ ਫੁੱਲ ਪਾਵਰ ਆ ਫੁੱਲ ਪਾਵਰ ਬਈ ਫੁੱਲ ਟਾਪ ਫੁੱਲ ਪਾਵਰ 65 HP ਠੀਕ ਆ ਬਈ ਐਵੇਂ ਖੁੱਲਾ ਡੁੱਲਾ ਹੋ ਕੇ ਬੈਠਣ ਵਾਲਾ ਟਰੈਕਟਰ ਆ ਨਾ ਬਈ ਜਮਾ ਹਾਂ ਹਾਂ ਬਈ ਠੀਕ ਆ ਬਈ ਜਮਾ ਸਤਰੀ ਸੁਤਰੀ ਨਵੀਂ ਆਪ ਲਵਾਈਏ ਕਿ ਲੱਗੀ ਹੋਈ ਆ ਜੀ ਸਾਰਾ ਕੁਝ ਆਈ ਆਇਆ ਬਈ ਐਵੇਂ ਆਏਗਾ ਸਾਰਾ ਕੁਝ ਆਇਆ ਠੀਕ ਆ ਬਈ ਇੱਕ ਹੀ ਮਾਡਲ ਆਗਾ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਜੇ ਕਿਸੇ ਨੇ ਬਾਈ ਮੰਨ ਕੇ ਚੱਲੋ ਨਵੀਂ ਕੰਡੀਸ਼ਨ ਦਾ ਟਰੈਕਟਰ ਕਢਾਉਣਾ ਹੋਵੇ ਤਾਂ ਜ਼ਰੂਰਤ ਹੀ ਨਹੀਂ ਹੈਗੀ ਹਾਂ ਲਓ ਬਈ ਹਜੇ MRF ਆ ਦੇ ਕੋ ਟਾਇਰਾਂ ਦੇ ਹਜੇ MRF
ਸਾਰਾ ਉਦਾਂ ਦੀ ਲੱਗਿਆ ਹੋਇਆਗਾ ਹਾਂ ਪ੍ਰੈਸਰ ਟਰੈਕਟਰ ਜਮਾ ਬਲੂ ਨਹੀਂ ਜਮਾ ਓਕੇ ਦੀ ਰਿਪੋਰਟ ਹੈ ਜਿਹਨੂੰ ਕਹੀਏ ਆਪਾਂ ਹਾਂ ਜਮਾ ਓਕੇ ਦੀ ਰਿਪੋਰਟ ਬਈ ਤੇ ਜੀਪੀਐਸ ਸਿਸਟਮ ਵਗੈਰਾ ਉਹ ਕਿਹੜੇ ਟਰੈਕਟਰਾਂ ਜਾਂਦਾ ਬਈ ਉਹ ਤਾਂ ਬਈ ਹੁਣ ਨਵੇਂ 23 22 ਚ 22 ਚ ਉਹਨਾਂ ਚ ਹੀ ਚੱਲਦਾ ਵੱਧ ਤਾਂ ਠੀਕ ਆ ਬਈ ਹਾਂ ਇਹਨਾਂ ਚ ਤਾਂ ਨਹੀਂ ਆਇਆ ਠੀਕ ਆ ਬਈ ਜੀ ਤੇ ਬਾਈ ਜੀ ਕੰਟੈਕਟ ਨੰਬਰ ਬੋਲ ਦਿਓ ਆਪਣਾ ਆਪਣਾ ਕੰਟੈਕਟ ਨੰਬਰ ਹੈਗਾ ਬਾਈ 95928 16275 ਇੱਕ ਵਾਰੀ ਹੋਰ ਬੋਲ ਦਿਓ 95928 16275 ਬਾਈ ਠੀਕ ਆ ਬਾਈ ਜੀ ਇੱਕ ਵਾਰੀ ਬਾਈਆਂ ਨੂੰ ਜ਼ਰੂਰ ਕੰਟੈਕਟ ਕਰਿਓ ਬਰਨਾਲਾ ਮੰਡੀ ਚ ਪੀਵੀ 19 ਹਾਂ ਤੇ ਖਾਸ ਆਪਾਂ ਕਿੱਥੇ ਮਿਲਾਂਗੇ ਜੀ ਆਪਣਾ ਪਿੰਡ ਪੈਣੀ ਜੱਸਾ ਜੀ ਪੈਣੀ ਜੱਸਾ ਹਾਂਜੀ ਹਾਂ ਆਪਣਾ ਪਿੰਡ ਮਤਲਬ ਕਿ ਤਰੌਲੇ ਤੋਂ ਥੋੜਾ ਸਾਈਡ ਤੇ ਰਹਿ ਜਾ ਇੱਥੋਂ 10 ਕਿਲੋਮੀਟਰ ਹੋਊ ਸਾਰਾ 10 12 ਕਿਲੋਮੀਟਰ ਠੀਕ ਆ ਬਾਈ ਜੀ ਹਾਂ ਇੱਥੋਂ 10 12 ਕਿਲੋਮੀਟਰ ਤੇ ਠੀਕ ਆ ਬਾਈ ਜੀ ਪਹਿਲਾਂ ਪੜਦੇ ਪੁੱਦੇ ਸੀਗੇ ਹਾਂ ਬਾਈ ਪਲੱਸ 2 ਕਰੀ ਸੀ ਬਸ ਬਰਾਦਰ ਵੀ ਪਹਿਲਾਂ ਬਾਹਰ ਬਾਗ ਜਾ ਯੂਐਸਏ ਬਸ ਆਏ ਕੰਮ ਟਰੈਕਟਰਾਂ ਦੀ ਜੀ ਪਹਿਲੇ ਦਿਨ ਤੇ ਅੱਛਾ 10 ਸਾਲ ਪਹਿਲਾਂ ਡੈਡੀ ਨੇ ਕਰਿਆ 5 ਸਾਲ ਫਿਰ ਬਾਅਦ ਚ ਬਰਾਦਰ ਕਰ ਗਿਆ 5-6 ਸਾਲ ਹੁਣ ਮੈਨੂੰ ਹੋ ਗਿਆ ਟਰੈਕਟਰਾਂ ਚ ਚਲੋ ਵਧੀਆ ਬਾਈ ਵਧੀਆ ਬਾਕੀ ਠੀਕ ਆ ਬਾਈ ਗੱਲਬਾਤ ਕਰਦੇ ਹਾਂ ਓਕੇ ਬਾਈ ਧੰਨਵਾਦ